केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜੰਡਿਆਲਾ ਗੁਰੂ ਵਿੱਚ DSP ਦੀ ਅਗਵਾਈ ਹੇਠ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਬੂਟੇ ਵੰਡੇ ਗਏ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਵੱਧ ਰਹੇ ਪ੍ਰਦੂਸ਼ਣ ਅਤੇ ਨਸ਼ੇ ਕਾਰਨ ਫਿਕਰਮੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਇੱਕ ਪੌਦਾ ਇੱਕ ਮਾਲੀ ਦੀ ਤਰ੍ਹਾਂ ਪੌਦੇ ਦੀ ਸੰਭਾਲ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। DSP ਗੁਰਪ੍ਰਤਾਪ ਸਹੋਤਾ ਨੇ ਕਿਹਾ ਕਿ ਇੱਕ ਪੌਦਾ ਇੱਕ ਮਾਲੀ ਦਾ ਮਤਲਬ ਹੈ ਕਿ ਇੱਕ ਵਿਅਕਤੀ ਇੱਕ ਪੌਦਾ ਜ਼ਰੂਰ ਲਗਾਏ ਅਤੇ ਉਸ ਦੀ ਰੱਖਿਆ ਇੱਕ ਮਾਲੀ ਦੀ ਤਰ੍ਹਾਂ ਕਰੇ ਤਾਂ ਜੋ ਉਹ ਪੌਦਾ ਵੱਡਾ ਹੋ ਕੇ ਸਾਨੂੰ ਸਾਫ਼ ਸੁਥਰਾ ਵਾਤਾਵਰਨ ਦੇ ਸਕੇ। ਜੰਡਿਆਲਾ ਗੁਰੂ ਤੋਂ ਸੰਜੀਵ ਸੂਰੀ ਅਤੇ ਸ਼ਿੰਦਾ ਲਾਹੌਰੀਆ ਦੀ ਰਿਪੋਰਟ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਮਰਕੋਟ ਅਤੇ ਮਿਹਰਬਾਨਪੁਰਾ ਨਾਲ ਦੀਆਂ ਹੋਰ ਪੰਚਾਇਤਾਂ ਵੱਲੋਂ ਜਿਹੜਾ ਅੱਜ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ ਸੀਗਾ, ਜਿੱਥੇ ਸਰਪੰਚ ਪੰਚ ਮੋਹਤਵਰ ਜਿਹੜੇ ਪਿੰਡ ਦੇ ਸੀਗੇ ਉਹਨਾਂ ਵੱਲੋਂ ਹੀ ਇਹ ਆਈਡੀਆ ਅਤੇ ਮੇਰੇ ਵੱਲੋਂ ਜਿਹੜਾ ਇੱਕ ਬੈਠਿਆਂ ਬਿਠਾਇਆ ਇੱਕ ਆਈਡੀਆ ਉਪਜਿਆ ਕਿ ਪਿੰਡ ਦੇ ਵਿੱਚ ਜਿਹੜੀ ਹਰਿਆਲੀ ਹੈ ਉਹਨੂੰ ਫਿਰ ਤੋਂ ਮੁੜ ਕਾਇਮ ਕਰਨ ਲਈ ਇੱਕ ਆਈਡੀਆ ਕੀਤਾ ਗਿਆ, ਇੱਕ ਰੁੱਖ ਇੱਕ ਮਾਲੀ, ਜਿਹੜਾ ਜਿਹਦਾ ਮੇਨ ਉਦੇਸ਼ ਇਹ ਸੀਗਾ ਕਿ ਹਰ ਇੱਕ ਪਿੰਡ ਦੇ ਨੌਜਵਾਨ ਨੂੰ ਇੱਕ ਰੁੱਖ ਜਿਹੜਾ ਹੈਗਾ ਦਿੱਤਾ ਜਾਵੇ ਜਿਹਦਾ ਉਹ ਮਾਲੀ ਉਹ ਖੁਦ ਹੋਏਗਾ ਅਤੇ ਉਸ ਰੁੱਖ ਦੀ ਦੇਖਭਾਲ, ਉਸ ਰੁੱਖ ਨੂੰ ਪਾਣੀ ਲਾਉਣਾ, ਉਸ ਰੁੱਖ ਨੂੰ ਖਾਦ ਪਾਉਣੀ, ਉਸ ਰੁੱਖ ਦੀ ਜਿਹੜੀ ਉਹਨੂੰ ਵੱਡਾ ਹੋਣ ਤੱਕ ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਸ ਨੌਜਵਾਨ ਦੀ ਹੋਏਗੀ। ਇਸੇ ਮੁਹਿੰਮ ਤਹਿਤ ਅੱਜ ਜਿਹੜੇ ਹੈਗੇ ਇੱਥੇ ਅਸੀਂ ਪੌਦੇ ਲਿਆਂਦੇ ਸੀਗੇ, ਸਾਰੇ ਪਿੰਡ ਦੇ ਨੌਜਵਾਨ ਆਏ ਨੇ ਉਹਨਾਂ ਨੂੰ ਅਸੀਂ ਵੰਡੇ। ਨਸ਼ਿਆਂ ਵਾਸਤੇ ਜਿਹੜਾ ਹੈਗਾ ਅਸੀਂ ਇਹੀ ਜਿਹੜੇ ਅਸੀਂ ਸਾਡੇ ਚੱਲ ਰਹੀਆਂ ਨੇ ਮੁਹਿੰਮ ਚੱਲ ਰਹੀਆਂ ਨੇ ਉਹਨਾਂ ਬਾਰੇ ਪਿੰਡ ਵਾਲਿਆਂ ਨੂੰ ਜਾਗਰੂਕ ਕਰਾਇਆ, ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਬਾਰੇ ਜਾਗਰੂਕ ਕਰਾਇਆ, ਓਟ ਸੈਂਟਰਸ ਨੇ ਉਹਨਾਂ ਬਾਰੇ ਜਾਗਰੂਕ ਕਰਾਇਆ, ਬਾਕੀ ਪਿੰਡ ਵਾਲਿਆਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਅਸੀਂ ਡੀ ਐਡਿਕਸ਼ਨ ਸੈਂਟਰਸ ਵਿੱਚ ਜਿਹੜੇ ਆਪਣੇ ਪਿੰਡ ਦੇ ਕੁਝ ਨੌਜਵਾਨ ਨੇ ਉਹ ਨਸ਼ੇ ਦੀ ਬਿਮਾਰੀ ਦੇ ਹੇਠ ਆ ਚੁੱਕੇ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਜਾਵੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਤਾਂ ਜੋ ਅਸੀਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਈਏ ਅਤੇ ਉਹ ਆਪਣਾ ਉੱਥੋਂ ਸਹੀ ਇਲਾਜ ਕਰਕੇ ਮੁੜ ਤੋਂ ਜਿਹੜਾ ਹੈਗਾ ਇੱਕ ਸਹੀ ਜੀਵਨੀ ਦੇ ਵਿੱਚ ਆਪਣਾ ਪੈਰ ਰੱਖ ਸਕਣ। ਜਿਹੜਾ ਪ੍ਰੋਗਰਾਮ ਆਪਾਂ ਕਿੱਥੇ ਕੀਤਾ ਵਾ ਉਹ ਹਰਿਆਵਲ ਲਹਿਰ ਦੇ ਤਹਿਤ DSP ਜੰਡਿਆਲਾ, SHO ਜੰਡਿਆਲਾ ਅਤੇ ਪਿੰਡ ਦੇ ਸਾਰੇ ਜਿੰਨੇ ਅਲੱਗ ਅਲੱਗ ਇਲਾਕੇ ਦੇ ਮੋਹਤਵਰ ਸੱਜਣ ਪੰਚ ਸਰਪੰਚ ਆਏ ਆ, ਸਾਰੇ ਹੀ ਜਿਹੜੇ ਆ ਉਹ ਪ੍ਰਦੂਸ਼ਣ ਜਿੰਨਾ ਹੋ ਰਿਹਾ ਉਹਦੇ ਵਾਸਤੇ ਜਿਹੜਾ ਫਿਕਰਮੰਦ ਆ ਵੀ ਬੂਟੇ ਵੱਧ ਤੋਂ ਵੱਧ ਲਾ ਕੇ ਵਾਤਾਵਰਨ ਨੂੰ ਜਿਹੜਾ ਵਾ ਉਹ ਆਪਾਂ ਸਾਫ਼ ਰੱਖਣਾ। ਅਤੇ ਇਹ ਅੱਜ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਕੀਤਾ ਅਤੇ ਮੈਂ ਆਪਣੇ ਵੱਲੋਂ ਇਹ ਬੇਨਤੀ ਵੀ ਕਰਦਾ ਵੀ ਹਰ ਬੰਦਾ ਇੱਕ ਜਿਹੜਾ ਵਾ ਘੱਟ ਤੋਂ ਘੱਟ ਇੱਕ ਰੁੱਖ ਲਾਵੇ। ਇਹ ਸਾਡੇ DSP ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਜੀ ਉਹਨਾਂ ਦੀ ਸੋਚ ਜਿਹੜੀ ਆ ਉਹ ਵੀ ਬਹੁਤ ਵਧੀਆ, ਇਸ ਕਰਕੇ ਜਿਹੜਾ ਉਹ ਅੱਜ ਦਾ ਇੱਥੇ ਆਪਾਂ ਬੂਟੇ ਵੰਡਣ ਦਾ ਪ੍ਰੋਗਰਾਮ ਕੀਤਾ। ਅੱਜ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਾਰੇ ਹੀ ਮੋਹਤਬਰਾਂ ਵੱਲੋਂ ਇਹ ਪ੍ਰੋਗਰਾਮ ਹਰਿਆਵਲ ਰਹਿਰ ਅਤੇ ਨਸ਼ਿਆਂ ਦੇ ਵਰਖਿਲਾਫ਼ ਰੱਖਿਆ ਗਿਆ, ਉਹਦੇ ਵਿੱਚ ਜਿੰਨਾ ਵੀ ਸਹਿਯੋਗ ਪਬਲਿਕ ਨੇ ਦਿੱਤਾ ਆਪਣਾ ਟਾਈਮ ਕੱਢ ਕੇ ਆਏ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਇਸ ਮੁਹਿੰਮ ਨੂੰ ਵੱਡੇ ਤੋਂ ਵੱਡਾ ਹੰਗਾਰਾ ਮਿਲੇ, ਸਾਰੇ ਪੰਜਾਬ ਦੇ ਵਿੱਚ ਬੂਟੇ ਲਗਾਏ ਜਾਣ ਤਾਂ ਜੋ ਜਿਹੜੀ ਇਹ ਪਾਣੀ ਦੀ ਘਾਟ ਆ, ਜਿਹੜੇ ਮੀਂਹ ਘੱਟ ਪੈਂਦੇ ਆ, ਇਹ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਮੀਂਹ ਪੈਣ ਸਾਡੀ ਪਾਣੀ ਦੀ ਘਾਟ ਪੂਰੀ ਹੋਵੇ। ਅਤੇ ਨੌਜਵਾਨਾਂ ਨੂੰ ਵੀ ਇਹੋ ਸਾਡੀ ਅਪੀਲ ਆ, ਬੇਨਤੀ ਆ ਕਿ ਨਸ਼ੇ ਛੱਡ ਕੇ ਇਹ ਨਸ਼ਿਆਂ ਦੇ ਕੋੜ ਨੂੰ ਤਿਆਗ ਕੇ ਆਪਣੇ ਪਰਿਵਾਰ ਬਾਰੇ, ਆਪਣੇ ਬੱਚਿਆਂ ਬਾਰੇ, ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚਣ, ਆਪਣਾ ਦੇਸ਼ ਤਰੱਕੀ ਕਰੇ। ਵਾਹਿਗੁਰੂ ਜੀ ਕਾ ਖਾਲਸਾ।
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।